ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ, ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਸਕਰੀਨ 'ਤੇ ਇੱਕ ਨੰਬਰ ਚੱਲ ਰਿਹਾ, ਉਹ ਆਪਣਾ ਵਟਸਐਪ ਨੰਬਰ ਹੈ, ਜਿਹੜਾ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰਨਾ ਅਤੇ ਫਿਰ ਆਪਣੀ ਔਨਲਾਈਨ ਪੇਮੈਂਟ ਪਾਉਣੀ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਤੇ ਸ਼ੋਪ ਦੀ ਲੋਕੇਸ਼ਨ ਹੈ ਜਿਹੜੀ ਉਹ ਨੋਟ ਕਰ ਲਓ, ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ। ਅਤੇ ਜਦੋਂ ਵੀ ਤੁਸੀਂ ਸ਼ੋਪ 'ਤੇ ਵਿਜ਼ਿਟ ਕਰਨੀ ਆ ਤਾਂ ਇੱਕ ਕਾਲ ਜ਼ਰੂਰ ਕਰਕੇ ਆਉਣੀ ਆ, ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ ਆਪ ਅੱਜ ਦੀ ਵੀਡੀਓ। ਅਤੇ ਅੱਜ ਦੇ ਜ਼ਿਆਦਾ ਸੂਟ ਨੇ ਜਿਹੜੇ ਉਹ ਜਾਰਜਟ ਦੇ ਵਿੱਚ ਰਹਿਣਗੇ ਔਰ ਵਰਕ ਵਾਲੇ ਰਹਿਣਗੇ ਸੂਟ ਸਾਰੇ। ਲਓ ਜੀ ਪਹਿਲਾ ਸੂਟ, ਇੰਚੀ ਟੇਪ ਚੱਕ ਲਈਏ ਕਿਉਂਕਿ ਘੇਰੇ ਵਗੈਰਾ ਮਿਲਣੇ ਹੁੰਦੇ ਨੇ। ਵਰਕ ਵਾਲਾ ਸੂਟ ਹੈ, ਘੇਰੇ 'ਤੇ ਵਰਕ ਹੈ, ਹਾਂ ਵਰਕ ਸਾਰਿਆਂ 'ਤੇ ਬਹੁਤ ਵਧੀਆ ਮਿਲੂਗਾ। 27 ਘੇਰਾ ਮਿਲੂਗਾ ਜੀ ਤੁਹਾਨੂੰ ਉਹਦਾ, ਠੀਕ ਹੈ ਜੀ। ਇਹ ਹੈਗਾ ਘੇਰੇ ਦਾ ਵਰਕ, ਹਾਂ ਠੀਕ ਹੈ ਰੰਗ, ਬਸ ਇੱਥੇ ਕਲਰ ਸਹੀ ਦੇਖ ਰਹੇ ਹੋ ਤੁਸੀਂ, ਕਲਰ ਸਹੀ ਹੈ, ਆਹ ਸਹੀ ਹੈ, ਹਾਂ ਕਲਰ ਬਿਲਕੁਲ ਸਹੀ ਆ ਰਿਹਾ, ਮੈਰੂਨ ਕਲਰ ਹੈ, ਠੀਕ ਹੈ ਜੀ। ਅਤੇ ਬਾਕੀ ਤੁਸੀਂ ਦੇਖ ਲਓ ਇਹਦਾ, ਇਹ ਹੈਗਾ ਬਾਜੂ ਦਾ ਵਰਕ, ਕਾਫੀ ਸੋਹਣਾ ਸੂਟ ਹੈ। ਅਤੇ ਪ੍ਰਾਈਸ ਇਹਦੀ ਰਹੂਗੀ 1850। ਇਹ ਸੂਟ ਤੁਹਾਨੂੰ 1850 ਦੇ ਵਿੱਚ ਮਿਲਣਾ, ਸ਼ਿਪਿੰਗ ਚਾਰਜਸ ਤੁਸੀਂ ਬਿਲਕੁਲ ਨਹੀਂ ਦੇਣੇ ਔਰ ਸਾਰੇ ਫਰੰਟ 'ਤੇ ਬੂਟੀ ਵੀ ਹੈ, ਹਾਂ ਬੂਟੀਆਂ ਵਿਖਾਈਆਂ ਨੇ, ਆ ਲਓ ਪੂਰੇ ਫਰੰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਬੂਟੀ ਵੀ ਮਿਲੂਗੀ, ਠੀਕ ਹੈ ਜੀ। ਅਤੇ ਪ੍ਰਾਈਸ ਹੈਗੀ ਹੈ 1850। ਆ ਲਓ ਜੀ, ਬਹੁਤ ਸੋਹਣਾ ਸੂਟ ਹੈ ਅਤੇ ਬਹੁਤ ਹੀ ਸੋਹਣਾ ਸਟੱਫ ਹੈ, ਬਹੁਤ ਜ਼ਿਆਦਾ ਪਿਆਰਾ ਸੂਟ ਹੈ। ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਅਤੇ ਕਲਰ ਹੈਗਾ ਨੇਵੀ ਬਲੂ, ਬਿਲਕੁਲ ਡਾਰਕ ਨੇਵੀ ਬਲੂ, ਠੀਕ ਹੈ। ਸਾਰੇ ਸ਼ਰਟ ਦੇ ਵਿੱਚ ਨੇੜੇ ਤਾਂ ਜੀ ਕਲਰ ਕੁਛ ਹੋਰ ਹੋ ਜਾਂਦਾ, ਇਹ ਤਾਂ ਦੂਰੋਂ ਹੀ ਸਹੀ ਲੱਗਦਾ। ਅਤੇ ਫਲਾਵਰ ਬਹੁਤ ਜ਼ਿਆਦਾ ਸੋਹਣੇ ਬਣੇ ਨੇ, ਵਰਕ ਬਹੁਤ ਜ਼ਿਆਦਾ ਪਿਆਰਾ, ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਫਲਾਵਰ ਮਿਲਣਗੇ, ਇੱਥੇ ਸਹੀ ਹੈ। ਅਤੇ ਘੇਰਾ ਤੁਹਾਨੂੰ ਨਾਪ ਕੇ ਦੱਸਦੀ ਹਾਂ, ਇੱਥੇ ਸਹੀ ਰੰਗ ਹੈ, ਬਸ ਜਿੱਥੇ ਤੁਹਾਨੂੰ ਦੱਸਤਾ ਵੀ ਸਹੀ ਆ ਉੱਥੇ ਹੀ ਸਹੀ ਹੈ। ਘੇਰਾ ਨਾਪ ਦੇਣੀ ਹੈ ਤੁਹਾਨੂੰ, ਘੇਰਾ ਤੁਸੀਂ ਰੈਡੀ ਕਰ ਸਕਦੇ ਹੋ ਇਹਦਾ, ਕਿਉਂਕਿ ਆਪਾਂ ਸਾਈਡ ਦੇਖਣੀ ਹੁੰਦੀ ਹੈ ਕਿ ਸਾਈਡ 'ਤੇ ਕਿੰਨਾ ਬਚਿਆ ਹੋਇਆ। ਘੇਰਾ ਜੀ ਤੁਸੀਂ ਰੈਡੀ ਕਰੋਗੇ ਇਹਦਾ 26 ਤੱਕ ਲਿਜਾ ਸਕਦੇ ਹੋ, 26.5 27 ਤੱਕ ਲਿਜਾ ਸਕਦੇ ਹੋ, ਠੀਕ ਹੈ ਜੀ। ਪਰ ਜਿਹੜਾ ਵਰਕ ਹੋਇਆ ਹੋਇਆ ਐਂਡ ਟੂ ਐਂਡ ਉਹ ਤੁਹਾਨੂੰ ਦੱਸ ਦਿੰਦੀ ਹਾਂ ਮੈਂ ਕਿੰਨਾ ਹੋਇਆ, ਵਰਕ ਹੋਇਆ ਹੋਇਆ 22.5 ਤੱਕ, ਠੀਕ ਹੈ ਜੀ। ਅਤੇ ਇਹ ਹੈਗੀ ਆ ਜੀ ਬਾਜੂ, ਇਹ ਬਾਜੂ ਦੇ ਫਲਾਵਰ ਨੇ, 3 ਫਲਾਵਰ ਤੁਹਾਨੂੰ ਬਾਜੂ ਦੇ ਮਿਲਣਗੇ। ਨੇੜੇ ਕਰਕੇ ਦਿਖਾ ਬੀਬੀ, ਉੱਪਰੋਂ ਦਿਖਾ, ਉੱਪਰੋਂ ਦਿਖਾ, ਕਿਉਂਕਿ ਵਰਕ ਹੈ ਨਾ ਉੱਪਰੋਂ ਦਿਖੂਗਾ, ਐਂ ਵਰਕ ਦੀ ਸਫਾਈ ਤੁਹਾਨੂੰ ਐਨ ਪੂਰੀ ਮਿਲੂਗੀ ਜੀ। ਇਹ ਬਾਜੂ 'ਤੇ 3 ਫਲਾਵਰ ਮਿਲਣਗੇ ਅਤੇ ਫਰੰਟ 'ਤੇ ਤੁਹਾਨੂੰ ਸਾਰਾ ਇੱਦਾਂ ਘੇਰਾ ਮਿਲ ਜੂਗਾ, ਅਤੇ ਘੇਰਾ ਨਹੀਂ ਸੋਰੀ ਫਰੰਟ ਮਿਲ ਜੂਗਾ ਸਾਰਾ। ਅਤੇ ਇਹ ਮਿਲ ਜੂਗਾ ਜੀ ਤੁਹਾਨੂੰ ਸਲਵਾਰ 'ਤੇ ਵਰਕ, ਪੂਰਾ ਵਰਕ ਹੈ ਜਿਹੜਾ ਇਹ ਸਲਵਾਰ 'ਤੇ ਹੋਇਆ, ਕਾਫੀ ਜ਼ਿਆਦਾ ਵਰਕ ਹੋਇਆ ਹੋਇਆ ਸਲਵਾਰ 'ਤੇ ਵੀ, ਬਹੁਤ ਪਿਆਰਾ ਸੂਟ ਹੈ। ਅਤੇ ਸਟੱਫ ਬਹੁਤ ਜ਼ਿਆਦਾ ਸੋਹਣਾ, ਜੋਰਜੈਟ ਬਹੁਤ ਜ਼ਿਆਦਾ ਵਧੀਆ ਵਾਲੀ ਲੱਗੀ ਹੋਈ ਹੈ ਅਤੇ ਪ੍ਰਾਈਸ ਇਹਦੀ ਮਿਲੂਗੀ 2150। ਇਹ ਸੂਟ ਤੁਹਾਨੂੰ 2150 ਦੇ ਵਿੱਚ ਮਿਲਣਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ। ਲਓ ਜੀ ਅਗਲਾ ਸੂਟ, ਬਹੁਤ ਲਾਈਟ ਕਲਰ ਹੈ, ਬਸ ਸਿਰਫ ਘੇਰੇ 'ਤੇ ਇੱਕ ਵੱਡਾ ਫਲਾਵਰ ਹੈ ਅਤੇ ਔਰ ਇੱਕ ਛੋਟਾ ਫਲਾਵਰ ਹੈ ਔਰ ਲਾਈਨਾਂ ਵਾਲੀ ਜੋਰਜੈਟ ਹੈ। ਘੇਰਾ ਆਪਾਂ ਨਾਪ ਕੇ ਦੱਸ ਦਿੰਦੇ ਹਾਂ, ਐਂਡ ਟੂ ਐਂਡ ਵਰਕ ਹੈ ਜਿਹੜਾ ਉਹ 19.5 ਤੱਕ ਹੋਇਆ ਹੋਇਆ, ਵੈਸੇ ਤੁਸੀਂ ਘੇਰਾ ਹੈਗਾ ਜਿਹੜਾ ਉਹ 24 ਤੱਕ ਲਿਜਾ ਸਕਦੇ ਹੋ, ਠੀਕ ਹੈ ਜੀ। ਫਲਾਵਰ ਇੱਕ ਮਿਲੂਗਾ ਤੁਹਾਨੂੰ ਛੋਟਾ ਔਰ ਇੱਕ ਮਿਲੂਗਾ ਵੱਡਾ ਔਰ ਲਾਈਟ ਕਲਰ ਦਾ ਸੂਟ ਹੈ, ਬਿਲਕੁਲ ਲਾਈਟ ਕਲਰ ਦਾ। ਅਤੇ ਆ ਲਓ ਇਹ ਹੈਗਾ ਇਹਦਾ ਬਾਜੂ ਦਾ ਫਲਾਵਰ, ਵਰਕ ਬਹੁਤ ਪਿਆਰਾ ਹੋਇਆ ਜੀ ਔਰ ਕੱਪੜਾ ਵੀ ਬਹੁਤ ਸੋਹਣਾ। ਅਤੇ ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ 1250। ਇਹ ਸੂਟ ਤੁਹਾਨੂੰ 1250 ਦੇ ਵਿੱਚ ਮਿਲ ਜਾਣਾ ਹੈ ਅਤੇ ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ। ਲਓ ਜੀ ਅਗਲਾ ਸੂਟ, ਮਜੈਂਟਾ ਕਲਰ, ਆ ਲਓ ਓਕੇ ਰਾਈ ਓਕੇ। ਲਓ ਜੀ ਇਹ ਹੈਗਾ ਤੁਹਾਡਾ ਨੈਕ ਵਰਕ, ਗਲੇ ਦਾ ਵਰਕ, ਠੀਕ ਹੈ ਜੀ, ਕਾਫੀ ਸੋਹਣਾ ਵਰਕ ਹੋਇਆ, ਮਜੈਂਟਾ ਕਲਰ ਦੀ ਜੋਰਜਟ ਹੈ। ਅਤੇ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸਦੀ ਹਾਂ, ਘੇਰੇ 'ਤੇ ਵੀ ਵਰਕ ਹੈ ਇਹਦੇ, ਕਾਫੀ ਸੋਹਣਾ ਸੂਟ ਹੈ ਇਹ। ਆ
ਇਹ ਹੈਗਾ ਘੇਰੇ ਦਾ ਵਰਕੇ ਦਾ ਘੇਰਾ ਆਪਾਂ ਨਾਪ ਦਿੰਦੇ ਹਾਂ ਘੇਰਾ ਹੈਗਾ ਜੀ 26 ਵਰਕ ਹੈ ਜਿਹੜਾ ਉਹ 26 ਤੱਕ ਹੋਇਆ ਹੋਇਆ ਕੱਟ ਕੇ ਤੁਸੀਂ ਛੋਟਾ ਜ਼ਰੂਰ ਕਰ ਸਕਦੇ ਹੋ ਰੰਗ ਠੀਕ ਹੈ ਹਾਂ ਕਲਰ ਇੱਥੇ ਬਿਲਕੁਲ ਸਹੀ ਦੇਖ ਰਹੇ ਹੋ ਤੁਸੀਂ ਅਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਡਬਲ ਵਰਕ ਹੋਇਆ ਹੋਇਆ ਬਾਜੂ 'ਤੇ ਦੋ ਵੇਲਾਂ ਪਈਆਂ ਹੁੰਦੀਆਂ ਠੀਕ ਹੈ ਜੀ ਅਤੇ ਇਸੇ ਤਰ੍ਹਾਂ ਹੀ ਤੁਹਾਨੂੰ ਵਰਕ ਮਿਲੂਗਾ ਹਾਂ ਇਹ ਦੋ ਦੋ ਵੇਲਾਂ ਬਾਜੂ 'ਤੇ ਮਿਲਣਗੀਆਂ ਚਾਹੇ ਤੁਸੀਂ ਬਾਜੂ 'ਤੇ ਹੀ ਆਓ ਸਲਵਾਰ 'ਤੇ ਵੀ ਕਰ ਸਕਦੇ ਹੋ ਇਹਨਾਂ ਨੂੰ ਚਾਹੋ ਤਾਂ ਤੁਸੀਂ ਸਲਵਾਰ 'ਤੇ ਕਰ ਸਕਦੇ ਹੋ ਇਹਨਾਂ ਨੂੰ ਅਤੇ ਇੱਕ ਇੱਕ ਬਾਜੂ 'ਤੇ ਕਰ ਸਕਦੇ ਹੋ ਜੇ ਤੁਸੀਂ ਦੋ ਦੋ ਬਾਜੂ 'ਤੇ ਲੈਣੀ ਆ ਤਾਂ ਇੱਕ ਇੱਕ ਸਲਵਾਰ 'ਤੇ ਕਰ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਦੇਖਣਾ ਕਿ ਤੁਸੀਂ ਕਿਵੇਂ ਕਰਨਾ ਵਰਕ ਕਾਫੀ ਸਾਰਾ ਹੋਇਆ ਵਿਆ ਲਓ ਜੀ ਅਗਲਾ ਸੂਟ ਬਹੁਤ ਸੋਹਣੀ ਜੋਰਜਟ ਹੈ ਕਲਰ ਵੀ ਬਹੁਤ ਪਿਆਰਾ ਹੈ ਹਾਂਜੀ ਬਹੁਤ ਸੋਹਣਾ ਸੂਟ ਹੈ ਪਹਿਲਾਂ ਮੈਂ ਤੁਹਾਨੂੰ ਵਰਕ ਨਾਪ ਦਿੰਦੀ ਹਾਂ ਫਿਰ ਦੱਸਦੀ ਹਾਂ ਅੱਗੇ ਵਰਕ ਤੁਹਾਡਾ ਹੋਇਆ ਹੋਇਆ ਜੀ ਮੰਨ ਲਓ 26 ਕੁ ਤੱਕ ਤਾਂ ਤੁਸੀਂ ਮੰਨ ਨਹੀਂ ਸਕਦੇ ਹੋ ਕਿਉਂਕਿ ਆਹ ਪੱਤੀ ਹੈ ਜਿਹੜੀ ਨੀਚੇ ਤੱਕ ਗਈ ਹੋਈ ਹੈ 26 ਤੱਕ ਵਰਕ ਹੋਇਆ ਹੋਇਆ ਪੌਣੇ ਕੁ 26 ਤੱਕ ਅਤੇ ਨੀਚੇ ਆ ਡੋਟਸ ਬਣੇ ਹੋਏ ਨੇ ਇਹ ਤੁਹਾਡਾ ਘੇਰਾ ਹੈ ਜਿਹੜਾ ਇਹ ਵਾਲਾ ਹੈ ਨਾ ਜੀ ਆ ਨੀਚੇ ਡੋਟਸ ਔਰ ਉੱਪਰ ਇਹ ਚੌਕਾਂ ਕੋਲ ਜਾ ਕੇ ਇਹ ਘੇਰਾ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਅਤੇ ਇਸੇ ਤਰ੍ਹਾਂ ਹੀ ਇਹਦਾ ਬਾਜੂ ਦਾ ਲਓ ਲਓ ਬਾਜੂ 'ਤੇ ਵੀ ਉੱਦਾਂ ਹੀ ਡੋਟਸ ਬਣੇ ਨੇ ਫਰੰਟ 'ਤੇ ਉੱਪਰ ਜਾ ਕੇ ਆ ਕੋਣੀ ਕੋਲ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਬਹੁਤ ਪਿਆਰਾ ਵਰਕ ਹੋਇਆ ਹੋਇਆ ਅਤੇ ਪ੍ਰਾਈਸ ਇਹਦੀ ਮਿਲ ਰਹੀ ਹੈ ਤੁਹਾਨੂੰ 1650 ਇਹ ਸੂਟ ਤੁਹਾਨੂੰ 1650 'ਚ ਮਿਲ ਰਿਹਾ ਸ਼ਿਪਿੰਗ ਚਾਰਜਸ ਤੁਸੀਂ ਬਿਲਕੁਲ ਨਹੀਂ ਦੇਣੇ ਰੰਗ ਸਹੀ ਹੈ ਕਲਰ ਹੁਣ ਜਿੱਥੇ ਤੁਹਾਨੂੰ ਬੀਬੀ ਨੇ ਦੱਸਿਆ ਉੱਥੇ ਬਿਲਕੁਲ ਸਹੀ ਆ ਰਿਹਾ ਬਾਕੀ ਨਾ ਜੀ ਜੋਰਜਟ ਦਾ ਤਾਂ ਲਾਈਨਿੰਗ ਦਾ ਹੁੰਦਾ ਜਿਸ ਤਰ੍ਹਾਂ ਦੀ ਤੁਸੀਂ ਲਾਈਨਿੰਗ ਲਾ ਲਓਗੇ ਉਹੀ ਕਲਰ ਦੇਣ ਲੱਗ ਜੂ ਲਾਈਟ ਕਲਰ ਦੀ ਲਾਈਨਿੰਗ ਲਾਓਗੇ ਲਾਈਟ ਕਲਰ ਹੋ ਜੂਗਾ ਥੋੜ੍ਹਾ ਜਿਹਾ ਡਾਰਕ ਦੀ ਲਾ ਲਓਗੇ ਉਹ ਡਾਰਕ ਹੋ ਜੂਗਾ ਫੁੱਲ ਸੂਟ ਹੈ ਆਪਣਾ ਇਸ ਤਰ੍ਹਾਂ ਇਹ ਲਓ ਜੀ ਨੈਕਸਟ ਦੇਖੋ ਬਲੈਕ ਕਲਰ ਦੇ ਵਿੱਚ ਜੋਰਜਟ ਹੈਗੀ ਹੈ ਪਹਿਲਾਂ ਮੈਂ ਤੁਹਾਨੂੰ ਆਹ ਵਾਲਾ ਦਿਖਾਉਂਦੀ ਹਾਂ ਬਹੁਤ ਪਿਆਰੀ ਜੋਰਜਟ ਲੱਗੀ ਹੋਈ ਹੈ ਇਹਨੂੰ ਦੇਖੋ ਇਸ ਸਟੱਫ ਦਾ ਫਰਕ ਹੁੰਦਾ ਅਲੱਗ ਅਲੱਗ ਹੁੰਦਾ ਹੁਣ ਇਹਨੂੰ ਜੋਰਜਟ ਵਧੀਆ ਲੱਗੀ ਹੋਈ ਹੈ ਅਤੇ ਇਹ ਵਾਲਾ ਇਹਦੇ 'ਤੇ ਵਰਕ ਹੋਇਆ ਵਾ ਇੱਦਾਂ ਜਿਹੜਾ ਤੁਹਾਨੂੰ ਵਾਈਟ ਦਿਖ ਰਿਹਾ ਇਹ ਸਾਰਾ ਜਰੀ ਦਾ ਵਰਕ ਹੈ ਆਹ ਵਾਲਾ ਅਤੇ ਇਹਦੇ ਵਿੱਚ ਜਰੀ ਯੂਜ਼ ਕੀਤੀ ਹੋਈ ਹੈ ਇੱਧਰ ਵੀ ਆਹ ਜਿਹੜੇ ਪੀਚ ਫਲਾਵਰ ਆ ਇਹਦੇ ਵਿੱਚ ਵੀ ਜਰੀ ਯੂਜ਼ ਕੀਤੀ ਹੋਈ ਹੈ ਠੀਕ ਹੈ ਜੀ ਬਾਕੀ ਸਾਰਾ ਥਰੈਡ ਹੈ ਅਤੇ ਆ ਪੂਰੀ ਲਾਈਨ ਲੰਬੀ ਹੈ ਜਿਹੜੀ ਇਹ ਸਾਰੀ ਜਰੀ ਦੀ ਹੈ ਠੀਕ ਹੈ ਜੀ ਅਤੇ ਆਹ ਹੈਗਾ ਜੀ ਜਰੀ ਭਰੀ ਹੈ ਫੁੱਲਾਂ ਦੇ ਹਾਂ ਫੁੱਲਾਂ ਦੇ ਵਿੱਚ ਜਰੀ ਆ ਸੀ ਡੋਟਸ ਅਤੇ ਇਹ ਹੈਗੀ ਇਹਦੀ ਬਾਜੂ ਹੈਵੀ ਬਾਜੂ ਹੈਗੀ ਇਹਦੀ ਇਹ ਵੀ ਜਰੀ ਹੈ ਆਹ ਸਾਰਾ ਜਿਹੜਾ ਇੱਥੇ ਜਰੀ ਲੱਗੀ ਹੋਈ ਹੈ ਆਹ ਪੂਰੀਆਂ ਨੇ ਜਿਹੜੀਆਂ ਵਾਈਟ ਵਾਈਟ ਜਿੱਥੇ ਤੁਹਾਨੂੰ ਸਿਲਵਰ ਲੱਗ ਰਿਹਾ ਇਹ ਸਾਰੀ ਜਰੀ ਲੱਗੀ ਹੋਈ ਹੈ ਠੀਕ ਹੈ ਜੀ ਇਹ ਬਾਜੂ ਦਾ ਵਰਕ ਹੈ ਹੈਵੀ ਵਰਕ ਹੁਣ ਮੈਂ ਤੁਹਾਨੂੰ ਸਲਵਾਰ ਦਾ ਹੈਵੀ ਵਰਕ ਦਿਖਾਉਣੀ ਆ ਬਲੈਕ ਕਲਰ ਦੇ ਵਿੱਚ ਜੋਰਜਟ ਹੈ ਜੋਰਜਟ ਬਹੁਤ ਵਧੀਆ ਲੱਗੀ ਹੋਈ ਹੈ ਲਓ ਜੀ ਇਹ ਹੈਗੀ ਹੈ ਇਹ ਸਲਵਾਰ ਦਾ ਵਰਕ ਹੈ ਔਰ ਕਾਫੀ ਜਰੀ ਇਹਦੇ 'ਚ ਯੂਜ਼ ਕੀਤੀ ਹੋਈ ਹੈ ਅਤੇ ਇਹਦੀ ਪ੍ਰਾਈਸ ਹੈਗੀ ਹੈ 2150 ਰੁਪਏ 2150 ਇਹ ਸੂਟ ਤੁਹਾਨੂੰ 2150 ਦੇ ਵਿੱਚ ਮਿਲਣਾ ਹੈ ਅਤੇ ਸ਼ਿਪਿੰਗ ਚਾਰਜਸ ਤੁਸੀਂ ਬਿਲਕੁਲ ਨਹੀਂ ਦੇਣੇ ਰੰਗ ਪਿਆਰ ਕਾਲਾ ਇਹਦੇ 'ਚ ਥੋੜ੍ਹਾ ਜਿਹਾ ਭੂਸਲਾ ਜਾਂਦਾ ਹੈ ਨਹੀਂ ਜੀ ਜ਼ੈਡ ਬਲੈਕ ਕਲਰ ਹੈ ਕਲਰ ਬਹੁਤ ਸੋਹਣਾ ਹੈ ਲੈਂਥ ਨਾਪ ਦਿਆਂ ਤੁਹਾਨੂੰ ਮੈਂ ਲੈਂਥ ਕਾਫੀ ਹੋਊਗੀ ਲੈਂਥ 46 ਹੈ ਜੀ ਘੇਰਾ ਵੀ ਦੱਸ ਦਿੰਦੀ ਹਾਂ ਕਿੰਨਾ ਕੁ ਬਣਾ ਕੇ ਬਣ ਕੇ ਰੈਡੀ ਹੋ ਸਕਦਾ ਤੁਹਾਡਾ 22 ਤੱਕ ਘੇਰਾ ਰੈਡੀ ਹੋ ਸਕਦਾ ਮੇਰਾ ਖਿਆਲ ਹੈ ਤੁਹਾਡਾ 21-22 ਤੱਕ ਠੀਕ ਹੈ ਜੀ ਕਾਫੀ ਪਿਆਰਾ ਸੂਟ ਹੈ ਕਿਉਂਕਿ ਕਾਫੀ ਜ਼ਿਆਦਾ ਵਰਕ ਹੋ ਜਾਵੇ ਇਹਦੇ 'ਤੇ ਇੱਥੇ ਕਾਲਾ ਸਹੀ ਹੈ ਬਸ ਬਿਲਕੁਲ ਸਹੀ ਆ ਰਿਹਾ ਆਹ ਵਾਲਾ ਜ਼ੈਡ ਬਲੈਕ ਕਲਰ ਹੈ ਇੱਥੇ ਕਾਲਾ ਲਓ ਜੀ ਨੈਕਸਟ ਦੇਖੋ ਮਹਿਰੂਨ ਕਲਰ ਜੋਰਜਟ ਦਾ ਸੂਟ ਹੈ ਮਹਿਰੂਨ ਕਲਰ ਦੇ ਵਿੱਚ ਹੈ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਆ ਲਓ ਇੱਦਾਂ ਕਰਕੇ ਸੂਟ ਬਣਿਆ ਹੋਇਆ ਫਲਾਵਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਚਾ ਆਫ ਵਾਈਟ ਇੰਨਾ ਜੱਚਦਾ ਆਹ ਵਾਲਾ ਕਰੀਮ ਬਹੁਤ ਪਿਆਰਾ ਲੱਗਦਾ ਠੀਕ ਹੈ ਜੀ ਆਹ ਕਰੀਮ ਤਾਂ ਬਹੁਤ ਜੱਚਦਾ ਬਹੁਤ ਜ਼ਿਆਦਾ ਜੱਚਦਾ ਅਤੇ ਆਹ ਹੈਗੀ ਹੈ ਇਹਦੀ ਬਾਜੂ ਇੱਥੇ ਮਿਲਦਾ ਸਹੀ ਜਿਹੀ ਹੈ ਸਹੀ ਹੈ ਥੋੜ੍ਹਾ ਜਿਹਾ ਸਹੀ ਹੈ ਮੈਰੂਨ ਕਲਰ ਹੈ ਜੀ ਇਹ ਬਾਜੂ ਇਹਦੀ ਬਾਜੂ 'ਤੇ ਇੱਕ ਇੱਕ ਫਲਾਵਰ ਹੈ ਠੀਕ ਹੈ ਜੀ ਫਰੰਟ 'ਤੇ ਹੈ ਔਰ ਬਾਜੂ 'ਤੇ ਹੈ ਠੀਕ ਹੈ ਜੀ ਅਤੇ ਇਹ ਸੂਟ ਤੁਹਾਨੂੰ ਮਿਲ ਜੂਗਾ 1750 ਦੇ ਵਿੱਚ
ਇਹ ਸਲਵਾਰ ਤੇ ਵਰਕ ਨਹੀਂ ਹੈਗਾ। ਨੈਕਸਟ ਹੈਗਾ ਜੀ ਇਹ ਸ਼ਿਮਰ ਜਾਰਜਟ ਦੇ ਵਿੱਚ ਹੈ ਇਹ ਸੂਟ ਸ਼ਿਮਰ ਜਾਰਜਟ ਦੇ ਵਿੱਚ ਬਣਿਆ ਹੋਇਆ ਹੈ। ਇਹ ਇਹਦਾ ਫਰੰਟ ਹੈ ਮਹਿਰੂਨ ਕਲਰ ਹੈ ਸ਼ਾਈਨ ਕਰਦੀ ਹੁੰਦੀ ਹੈ ਸ਼ਿਮਰ ਜਾਰਜਟ ਬਹੁਤ ਸ਼ਾਈਨ ਕਰਦੀ ਹੈ ਬਹੁਤ ਪਿਆਰੀ ਲੱਗਦੀ ਹੈ। ਇਹ ਹੈਗਾ ਜੀ ਇਹਦਾ ਫਰੰਟ ਇਹਦੇ ਵਿੱਚ ਆ ਸਾਰੀ ਜਰੀ ਗੋਲਡਨ ਯੂਜ਼ ਕੀਤੀ ਹੋਈ ਹੈ ਔਰ ਫੁੱਲਾਂ ਦੀ ਆਊਟਲਾਈਨ ਹੈ ਜਿਹੜੀ ਉਹ ਵੀ ਸਾਰੀ ਗੋਲਡਨ ਦੇ ਵਿੱਚ ਹੈ ਜਰੀ ਦੇ ਵਿੱਚ ਹੈ ਸੋਰੀ ਠੀਕ ਹੈ ਜੀ। ਜ਼ਿਆਦਾ ਇਹਦੇ ਵਿੱਚ ਜਰੀ ਯੂਜ਼ ਹੋਈ ਹੈ ਪਲੱਸ ਥਰੈਡ ਯੂਜ਼ ਹੋਇਆ ਨੀਚੇ ਆਹ ਵਾਲੀ ਜਿਹੜੀ ਜਾ ਰਹੀ ਹੈ ਬੇਲ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ। ਘੇਰਾ ਨਾਪਦੇ ਹਾਂ ਆਪਾਂ ਘੇਰਾ ਹੈਗਾ ਜੀ 25.5 ਤੁਸੀਂ ਘੱਟ ਕਰ ਸਕਦੇ ਹੋ ਜਿੰਨਾ ਮਰਜ਼ੀ ਅਤੇ ਇਹ ਹੈਗੀ ਹੈ ਜੀ ਬਾਜੂ ਇੱਧਰ ਆ ਲਓ ਇਹ ਬਾਜੂ ਦਾ ਵਰਕ ਹੈ ਕਾਫੀ ਜ਼ਿਆਦਾ ਸੋਹਣਾ ਲੱਗਦਾ ਹੈ ਵੀ ਤਿੰਨ ਤਿੰਨ ਫਲਾਵਰ ਨੇ ਅਤੇ ਸਲਵਾਰ 'ਤੇ ਵੀ ਵਰਕ ਹੈ ਆ ਲਓ ਜੀ ਇਹਦੇ ਸਲਵਾਰ ਦਾ ਵੀ ਉੱਦਾਂ ਹੀ ਵਰਕ ਮਿਲੂਗਾ ਜਿੱਦਾਂ ਬਾਜੂ ਦਾ ਔਰ ਸਟੱਫ ਦੀ ਸ਼ਾਈਨਿੰਗ ਤੁਸੀਂ ਦੇਖ ਰਹੇ ਹੋ ਮੇਰੇ ਖਿਆਲ ਦਿਖ ਰਹੀ ਹੋਣੀ ਹੈ ਕੈਮਰੇ 'ਚ ਸ਼ਾਈਨਿੰਗ ਤੁਹਾਨੂੰ ਕੈਮਰੇ 'ਚ ਦਿਖ ਰਹੀ ਹੋਣੀ ਆ ਦਿਖਦੀ ਹੈ ਇਹ ਸੂਟ ਤੁਹਾਨੂੰ ਮਿਲੂਗਾ 1750 ਚ। ਲਓ ਜੀ ਨੈਕਸਟ ਇਹ ਵੀ ਸ਼ਿਮਰ ਜਾਰਜਟ ਦੇ ਵਿੱਚ ਬਣਿਆ ਹੋਇਆ ਸੂਟ ਹੈ ਕਾਫੀ ਪਿਆਰਾ ਲੱਗਦਾ ਇਹ ਵੀ ਸੂਟ ਆ ਲਓ ਆਹ ਵਾਲਾ ਸਿੱਧਾ ਪਾਸਾ ਇਹਦਾ ਇਸ ਤਰ੍ਹਾਂ ਇਹ ਇਹਦਾ ਘੇਰਾ ਜੀ ਮਸਟਰਡ ਕਲਰ ਹੈ ਸ਼ਿਮਰ ਜਾਰਜਟ ਮਸਟਰਡ ਕਲਰ ਠੀਕ ਹੈ ਆ ਵਿੱਚ ਵਿੱਚ ਗੋਲਡਨ ਜਰੀ ਦੇ ਡੋਟਸ ਨੇ ਇਹਦੇ 'ਚ ਵੀ ਜਰੀ ਆ ਯੂਜ਼ ਕੀਤੀ ਹੋਈ ਹੈ ਬਰੀਕ ਬਰੀਕ ਲਾਈਨਾਂ ਨੇ ਜਿਹੜੀਆਂ ਇਹਦੀਆਂ ਉਹ ਜਰੀ ਦੀਆਂ ਨੇ ਘੇਰਾ ਦੱਸ ਦੇਣੀ ਆ ਘੇਰਾ 1.25 ਹੈ ਰੈਡੀ ਕਰ ਸਕਦੇ ਹੋ 1.25 ਅਤੇ ਡਬਲ ਡਬਲ ਇਹਦੇ 'ਤੇ ਇੱਦਾਂ ਵਰਕ ਹੋਏ ਹੋਏ ਠੀਕ ਹੈ ਜੀ ਅਤੇ ਇਹ ਵਰਕ ਹੈਗਾ ਇਹਦਾ ਬਾਜੂ ਦਾ ਕਾਫੀ ਸੋਹਣਾ ਲੱਗਦਾ ਵਰਕ ਅਤੇ ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ 1450 ਇਹ ਸੂਟ ਤੁਹਾਨੂੰ 1450 ਦੇ ਵਿੱਚ ਮਿਲ ਜਾਣਾ। ਲਓ ਜੀ ਨੈਕਸਟ ਹੈਗਾ ਨੈਚੁਰਲ ਕਰੇਪ ਦਾ ਇੱਕੋ ਹੀ ਸੂਟ ਆਪਣੇ ਕੋਲ ਨੈਚੁਰਲ ਕਰੇਪ ਦਾ ਕਲਰ ਵੀ ਕਾਫੀ ਜ਼ਿਆਦਾ ਸੋਹਣਾ ਆ ਲਓ ਜੀ ਬਾਜੂ ਵਰਕ ਲਓ ਕਲਰ ਬਹੁਤ ਪਿਆਰਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈ ਜਰੀ ਹੈ ਹਾਂ ਇਹ ਸਾਰੀ ਜਰੀ ਹੈ ਜਿਹੜਾ ਚੈੱਕ ਹੈ ਬਾਕੀ ਥਰੈਡ ਹੈ ਠੀਕ ਹੈ ਅਤੇ ਬਾਕੀ ਮੈਂ ਤੁਹਾਨੂੰ ਦਿਖਾਉਣੀ ਹੈ ਇਹਦਾ ਵਰਕ ਆ ਲਓ ਜੀ ਇਹ ਹੈਗਾ ਬਾਜੂ ਵਰਕ ਉਹ ਸੀਗਾ ਸਲਵਾਰ ਵਰਕ ਸੇਮ ਹੀ ਹੈ ਬਾਜੂ ਵਰਕ ਅਤੇ ਸਲਵਾਰ ਵਰਕ ਬਿਲਕੁਲ ਸੇਮ ਮਿਲੂਗਾ ਅਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਇਹਦਾ ਨੈੱਕ ਵਰਕ ਗਲੇ 'ਤੇ ਵੀ ਇਹਦੇ ਵਰਕ ਹੋਇਆ ਆ ਸੀ ਆ ਲਓ ਜੀ ਇਹ ਇਹਦੇ ਗਲੇ 'ਤੇ ਵਰਕ ਹੋਇਆ ਹੋਇਆ ਇਸ ਤਰ੍ਹਾਂ ਇੱਥੋਂ ਥੋੜ੍ਹਾ ਗਲਾ ਨਿਕਲਣਾ ਜੀ ਮੈਂ ਤੁਹਾਨੂੰ ਦੱਸਦੀ ਹਾਂ ਆ ਲਓ ਇਹ ਇੱਥੋਂ ਥੋੜ੍ਹਾ ਗਲਾ ਨਿਕਲੂਗਾ ਠੀਕ ਹੈ ਜੀ ਸਾਰਾ ਇਹ ਚੈਸਟ ਏਰੀਏ 'ਤੇ ਆ ਜਾਊਗਾ ਬਹੁਤ ਪਿਆਰਾ ਸੂਟ ਹੈ ਅਤੇ ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ ਸਿਰਫ ਅਤੇ ਸਿਰਫ 1950 ਇਹ ਸੂਟ ਤੁਹਾਨੂੰ 1950 ਦੇ ਵਿੱਚ ਮਿਲ ਜਾਣਾ ਆਫਰੀਨ ਸਟੱਫ ਦੇ ਵਿੱਚ ਬੇਬੀ ਪਿੰਕ ਕਲਰ ਹੈ ਲਓ ਜੀ ਇਹ ਉੱਪਰ ਇਹਦੇ ਬਣਿਆ ਹੋਇਆ ਨੈੱਕ ਪਹਿਲਾਂ ਨੈੱਕ ਤੋਂ ਸ਼ੁਰੂ ਕਰੋ ਇਹ ਇਹਦਾ ਨੈੱਕ ਬਣਿਆ ਹੋਇਆ ਠੀਕ ਹੈ ਜੀ ਫਿਰ ਸਾਰੇ ਫਰੰਟ 'ਤੇ ਇਹਦੇ ਬੂਟੀ ਆ ਅਤੇ ਆਹ ਇਹਦੇ ਘੇਰੇ 'ਤੇ ਬਣਿਆ ਹੋਇਆ ਆਹ ਵਾਲਾ ਵਰਕ ਹੈ ਜਿਹੜਾ ਬਿਲਕੁਲ ਡਿਫਰੈਂਟ ਸਟਾਈਲ ਦਾ ਵਰਕ ਹੈ ਇਹ ਇਹਦਾ ਘੇਰੇ ਦਾ ਵਰਕ ਹੈ ਠੀਕ ਹੈ ਅਤੇ ਇਹ ਇਹਦੀ ਸਲਵਾਰ ਦਾ ਵਰਕ ਹੈ ਇਹ ਵਾਲੀ ਲਾਈਨ ਸਲਵਾਰ ਵਰਕ ਹੈ ਠੀਕ ਹੈ ਚਾਹੇ ਤਾਂ ਇਹਨੂੰ ਸਲਵਾਰ ਬਣਾ ਲਓ ਚਾਹੇ ਤੁਸੀਂ ਆਹ ਸਲਵਾਰ ਵਰਕ ਲੈ ਲਓ ਜਿਹੜਾ ਮਰਜ਼ੀ ਲੈ ਲਓ ਇਹਨਾਂ 'ਚੋਂ ਇੱਕ ਬਾਜੂ 'ਤੇ ਔਰ ਇੱਕ ਸਲਵਾਰ 'ਤੇ ਠੀਕ ਹੈ ਹੈਵੀ ਵਰਕ ਹੋਇਆ ਚਾਹੇ ਹੈਵੀ ਬਾਜੂ ਬਣਾ ਲਓ ਚਾਹੇ ਹੈਵੀ ਸਲਵਾਰ ਬਣਾ ਲਓ ਇਹ ਤੁਹਾਨੂੰ 1850 ਦੇ ਵਿੱਚ ਮਿਲੂਗਾ ਠੀਕ ਹੈ ਜੀ ਇਹ ਸੂਟ ਤੁਹਾਨੂੰ 1850 ਦੇ ਵਿੱਚ ਆਫਰੀਨ ਸਟੱਫ ਹੈ ਔਰ ਕਲਰ ਹੈਗਾ ਬੇਬੀ ਪਿੰਕ ਬਹੁਤ ਸੋਹਣਾ ਕਲਰ ਹੈ ਅਤੇ ਪ੍ਰਾਈਸ ਹੈਗੀ ਹੈ 1850 ਚਲੋ ਲਓ ਜੀ ਇਹ ਸੀ ਆਪਣੀ ਅੱਜ ਦੀ ਕੁਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕੁਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।